ਕਦੀ ਦਿਲ ਵਿੱਚ ਵੀ ਖਿਆਲ ਨਹੀਂ ਆਇਆ ਕਿ ਬਈ ਅਸੀਂ ਹਕੂਮਤ ਲੈਣੀ ਆ, ਤੁਸੀਂ ਚਲਾਓ, ਤੁਹਾਨੂੰ ਕਿਸੇ ਨੇ ਕਿਹਾ, ਲੇਕਿਨ ਤੁਹਾਡੇ ਕੋਲ ਚਲਦੀ ਕੋਈ ਨਹੀਂ। ਇੱਕ ਬੱਚੀ ਨੇ ਖਤ ਲਿਖਿਆ, ਇੱਕ ਬੱਚੀ ਨੇ ਕਿ ਰਾਜਾ ਦਾਰ ਗੁੰਡਾ ਹੋ ਗਿਆ ਸਿੰਧ ਚ, ਇੱਕ ਬੱਚੀ ਨੇ ਖਤ ਲਿਖਿਆ ਤੇ ਮੁਹੰਮਦ ਬਿਨ ਕਾਸਿਮ ਦੀ ਉਮਰ 16 ਸਾਲ ਤੇ 7 ਮਹੀਨੇ ਸੀ। ਇੱਕ ਬੱਚੀ ਨੇ ਖਤ ਲਿਖਿਆ ਤੇ ਉਹਨੇ ਉੱਥੇ ਇਹ ਨਹੀਂ ਕਿਹਾ ਹਮ ਆਪਣੇ ਮੁਲਕ ਦਾ ਉੱਪਰ ਲਗਾ ਦੇਂਗੇ ਔਰਤ ਕੀ ਖਾਤਰ, ਹਮ ਸਮੁੰਦਰੋਂ ਮੇਂ ਘੋੜੇ ਡਾਲ ਦੇ, ਯੇ ਕਿਆ ਬਾਤ ਹੋਈ, ਇੱਕ ਔਰਤ ਕੀ ਖਾਤਰ ਹਮ ਆਪਣਾ ਮੁਲਕ ਬਰਬਾਦ ਕਰ ਦੇ। ਜਬ ਖਤ ਮਿਲਾ ਤੋ ਮੁਹੰਮਦ ਬਿਨ ਕਾਸਿਮ ਵਹਾਂ ਸਮੁੰਦਰ ਕਾ ਸਫ਼ਰ ਕਰਕੇ ਸਿੰਧ ਕੇ ਸਾਹਿਲ ਪਰ ਉਤਰ ਕਰ ਕਹਿਣ ਲਗਾ, ਕਿਹੜਾ ਹੈ ਗੁੰਡਾ ਜਿਹਨੇ ਮੁਸਲਮਾਨ ਔਰਤ ਵਾਲੇ ਨੇ ਹੱਥ ਚੁੱਕਿਆ, ਕਿਹੜਾ ਬਦਮਾਸ਼ ਹੈ। ਰਾਜਾਦਾਰ ਨੂੰ ਵੱਢ ਕੇ ਤੇ ਸਿੰਧ ਦੀ ਸਰ ਜ਼ਮੀਨ ਉੱਤੇ ਮੁਹੰਮਦ ਅਰਬੀ ਦੇ ਦੀਨ ਦਾ ਝੰਡਾ ਲਾ ਕੇ ਤੇ ਮੁਲਤਾਨ ਤੱਕ ਆਇਆ, ਕਹਿਣ ਲਗਾ, ਯੇ ਗਾਜ਼ੀ ਯੇ ਤੇਰੇ ਪੁਰ ਅਸਰਾਰ ਬੰਦੇ ਜਿਨ੍ਹੇ ਤੂੰ ਨੇ ਬਖਸ਼ਾ ਹੈ ਜ਼ੌਕੇ ਖੁਦਾਈ, ਦੋਨੀਮ ਇਨਕੀ ਠੋਕਰ ਸੇ ਸਹਰਾ ਔਰ ਦਰਿਆ, ਸਿਮਟ ਕਰ ਪਹਾੜ ਇਨਕੀ ਹੈਬਤ ਸੇ ਰਾਈ। ਜਦੋਂ ਬੰਦਾ ਉਹ ਤੇ ਖਤ ਗਿਆ ਮੁੰਡੇ ਨੂੰ ਤੇ ਇਹ ਤੇ ਰੋਜ਼ਾਨਾ ਕਸ਼ਮੀਰ ਦੀਆਂ ਬੱਚੀਆਂ ਹਿੰਦੂ ਉਹਨਾਂ ਨੂੰ ਜ਼ਬਾ ਕਰ ਰਹੇ, ਉਹਨਾਂ ਨੂੰ ਜਲਾ ਰਹੇ, ਉਹਨਾਂ ਨੂੰ ਅਗਵਾ ਕਰਕੇ ਲੈ ਜਾ ਰਹੇ, ਇੱਥੇ ਕਿਹਾ ਜਾ ਰਿਹਾ ਨਹੀਂ 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 ਕਸ਼ਮੀਰ ਨਹੀਂ ਜਾਣਾ, ਤੂੰ ਦੱਸ ਫਿਰ ਕਿੱਥੇ ਜਾਣਾ। ਕਹਿੰਦਾ ਜੋ ਯਹਾਂ ਸੇ ਜਾਏਗਾ ਆਪਣੇ ਮੁਸਲਮਾਨੋਂ ਕੀ ਬੱਚੀਓਂ ਕੀ ਹਿਫਾਜ਼ਤ ਕੇ ਲੀਏ, ਤੋ ਵੋ ਪਾਕਿਸਤਾਨ ਕਾ ਵੀ ਗੱਦਾਰ ਹੋਗਾ ਔਰ ਕਸ਼ਮੀਰੀਓਂ ਕਾ ਵੀ ਦੁਸ਼ਮਨ ਹੋ। ਜੋ ਨਾ ਥਾ ਖੂਬ ਬਤਦਰੀਜ ਵੋ ਖੂਬ ਹੁਆ, ਕਿ ਗੁਲਾਮੀ ਮੇਂ ਬਦਲ ਜਾਤਾ ਹੈ ਕੌਮੋਂ ਕਾ ਜ਼ਮੀਰ। ਇਕਬਾਲ ਕਹਿੰਦਾ ਜਿਸ ਵੇਲੇ ਕੌਮਾਂ ਗੈਰਾਂ ਦੀਆਂ ਗੁਲਾਮ ਹੋ ਜਾਣ ਨਾ, ਅਜ ਗੁਲਾਮੀ ਦਿਲ ਮਬੀਰਤ ਦਰ ਬਦਨ, ਅਜ ਗੁਲਾਮੀ ਜ਼ੋਫੇ ਪੀਰੀ ਦਰ ਸ਼ਬਾਬ, ਅਜ ਗੁਲਾਮੀ ਸ਼ੇਰੇ ਗਾਬ ਅਫਸੰਦਾ ਗਾਬ, ਆ ਯਕੇ ਅੰਦਰ ਕੇ ਆਮ ਵਹੀਂ ਦਰ ਸੁਜੂਦ, ਕਾਰੋਬਾਰਸ ਚੂ ਸਲਾਤੇ ਬੇਮਾਮ, ਆਬਰੂਏ ਜ਼ਿੰਦਗੀ ਦਰ ਬਾਖਤਾ, ਚੂ ਖਰਾਬਾ ਕਾਹੋ ਜੋ ਦਰ ਸਾਖਤਾ। ਇਕਬਾਲ ਕਹਿੰਦਾ ਜਿਸ ਵੇਲੇ ਕੌਮਾਂ ਅੱਲਾ ਦਾ ਦੀਨ ਛੱਡ ਕੇ ਤੇ ਰਸੂਲ ਦੀ ਗੁਲਾਮੀ ਛੱਡ ਕੇ ਯੂਰਪ ਦੀਆਂ ਗੁਲਾਮ ਬਣ ਜਾਣ ਔਰ ਉਹਨਾਂ ਦੀ ਤਾਕਤ ਕੋਲੋਂ ਖੌਫ ਜ਼ਦਾ ਹੋ ਜਾਣ ਔਰ ਹਰ ਵੇਲੇ ਟੰਗਾ ਕੰਮੀ ਜਾ ਰਹੀ ਹੋਵਨ, ਕੀ ਹੋਣਾ? ਕੁਝ ਨਹੀਂ ਹੋਣਾ। ਦਰਿਆਏ ਦਜਲਾ ਨੂੰ ਸਾਹਬਾ ਨੇ ਵੇਖ ਕੇ ਇਹ ਨਹੀਂ ਫਰਮਾਇਆ, ਫਰਮਾ ਦਜਲਾ ਔਰ ਰਾਤ ਦੇ ਅਸੀਂ ਮੁਹੰਮਦ ਅਰਬੀ ਦੇ ਗੁਲਾਮ ਹਾਂ, ਹਾਂ ਜੀ ਜੰਗ ਛੇੜ ਦੇ, ਨਹੀਂ ਜੰਗ ਨਾ ਛੇੜ ਦੋ, ਤੁਸੀਂ ਹਲਵੇ ਦੀਆਂ ਦੇਗਾ ਭਗਾਓ, ਯੇ ਬਾਤੇ ਕੋਈ ਕਰਨੇ ਵਾਲੀ, ਹਮ ਜੰਗ ਛੇੜ ਦੇ, ਨਹੀਂ 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 ਤੁਸੀਂ ਕ੍ਰਿਕਟ ਮੈਚ ਕਰਾਓ। ਜਿਸ ਵੇਲੇ ਮੁਸਲਮਾਨਾਂ ਦੀਆਂ ਧੀਆਂ ਨਾਲ ਇਹ ਕੁਛ ਉੱਤੇ ਗੁਜ਼ਰ ਗਿਆ, ਇਹ ਗੱਲ ਪੁੱਛਣ ਵਾਲੀ ਕੋਈ ਨਹੀਂ ਸੀ, ਮੋਦੀ ਨੂੰ ਇੱਕੋ ਗੱਲ ਕਰਨੀ ਸੀ, ਓਏ ਕੱਲ ਸਵੇਰ ਤੱਕ ਕਰਫਿਊ ਚੁੱਕ, ਵਰਨਾ ਪਾਕਿਸਤਾਨੀ ਫੌਜ ਕੱਲ ਸਵੇਰ 6:01 ਦੇ ਸ੍ਰੀਨਗਰ ਦਾਖਲ ਹੋ ਜਾਏ। ਬਸ ਇਤਨੀ ਗੱਲ ਸੀ, ਕਸ਼ਮੀਰ ਸੇ ਹਮਾਰਾ ਰਿਸ਼ਤਾ ਗਿਆ, ਇਕਬਾਲ ਕਹਿੰਦਾ ਇਨ ਗੁਲਾਮੋ ਕਾ ਯੇ ਮਸਲਕ ਹੈ ਕਿ ਨਾਕਿਸ ਹੈ ਕਿਤਾਬ ਸਿਖਾਤੀ ਨਹੀਂ ਮੁਸਲਮਾਨ ਕੋ ਗੁਲਾਮੀ ਕੇ ਆਦਾਬ। ਅੱਜ ਜਨਾਬ 40 ਦਿਨ ਹੋ ਗਏ, ਕਿਹੜੀ ਕਿਆਮਤ ਗੁਜ਼ਰ ਗਈ, ਹਮ ਯੇ ਕਰ ਰਹੇ ਹੈ ਵੋ ਕਰ ਰਹੇ ਹੈ, ਜਿਨ੍ਹਾਂ ਨੇ ਕਰਨਾ ਹੋਤਾ ਵੋ ਯੇ ਵੋ ਨਹੀਂ ਕਰਤੇ, ਵੋ ਇੱਕ ਹੀ ਬਾਤ ਅਸੀਂ ਆ ਰਹੇ ਬਸ। ਪੂਰੀ ਕੌਮ ਨੂੰ ਬੋਸ ਦਿਲ ਬਣਾ ਕੇ ਤੁਸੀਂ ਰੱਖ ਦਿੱਤਾ, ਕੁਝ ਵੀ ਨਹੀਂ ਸੀ ਹੋਣਾ, ਅਮਰੀਕਾ ਵੀ ਫਤਿਹ ਹੋ ਜਾਣਾ ਸੀ, ਖੜੇ ਤੇ ਹੋਵੋ ਨਾ, ਜੇ ਸਾਹਬਾ ਬਦਰ ਚ ਨਾ ਜਾਂਦੇ ਫਿਰ ਹਜ਼ੂਰ ਲੈ ਕੇ ਬਦਰ ਚ 305 ਸਾਹਬਾ ਨੂੰ, ਸਾਰੀ ਰਾਤ ਹਜ਼ੂਰ ਰੋਂਦੇ ਰਹੇ, ਇੱਕ ਦਰਖਤ ਦੇ ਥੱਲੇ ਨਮਾਜ਼ ਪੜ੍ਹਦੇ ਰਹਿ ਗਏ, ਯੁਸੱਲੀ ਵਾ ਯਬਕੀ ਹਜ਼ੂਰ ਨਮਾਜ਼ ਵੀ ਪੜ੍ਹਦੇ ਰਹੇ ਦਰਖਤ ਦੇ ਥੱਲੇ, ਸਾਹਬਾ ਸੁੱਤੇ ਰਹੇ, ਹਜ਼ੂਰ ਰੋਂਦੇ ਵੀ ਰਹੇ, ਹੱਤਾ ਅਸਬਾਹਾ ਯਹਾਂ ਤੱਕ ਕਿ ਸੁਬਹ ਹੋ ਗਈ, ਸੁਬਹ ਮੇਰੇ ਆਕਾ ਨੇ ਦੁਆ ਮੰਗੀ, ਯਾ ਅੱਲਾ ਮੇਰੇ ਕੋਲ ਜੋ ਕੁਛ ਹੈ ਸੀ ਮੈਂ ਲਿਆਇਆ, ਮੇਰੇ ਕੋਲ ਬੰਦੇ ਇਹੀ ਸੰਤ 305, ਜੇ ਤੂੰ ਅੱਜ ਇਹਨਾਂ ਦੀ ਮਦਦ ਨਾ ਕੀਤੀ ਫਿਰ ਕਿਆਮਤ ਤੱਕ ਤੇਰੀ ਇਬਾਦਤ ਕੋਈ ਨਹੀਂ ਹੋਣੀ। ਹਜ਼ੂਰ ਦੀ ਜ਼ਾਤ ਮਕਾਮੇ ਨਾਜ਼ ਹੈ, ਅੱਲਾ ਦੀ ਜ਼ਾਤ ਜਿਹੜੀ ਮਕਾਮੇ ਨਿਆਜ਼ ਹੈ, ਇਹ ਹਜ਼ੂਰ ਮਕਾਮੇ ਨਾਜ਼ ਉੱਤੇ ਗੱਲ ਕੀਤੀ, ਯਾ ਅੱਲਾ ਕਿਆਮਤ ਤੱਕ ਜਬ ਹਜ਼ੂਰ ਦੁਆ ਮੰਗ ਕੇ ਫਾਰਿਗ ਹੋਏ ਤੋ ਆਗੇ ਸੇ ਅਕਦਮ ਹੈਜ਼ਮ ਦੀ ਆਵਾਜ਼ ਆਈ, ਸਾਹਬਾ ਕਹੇ ਜੀ ਇਹ ਕੀ ਹੋਇਆ, ਇਹ ਕੀ, ਕੌਣ ਹੈ, ਕੌਣ ਕਹਿ ਰਿਹਾ ਅੱਗੇ ਵੱਧ? ਹਜ਼ੂਰ ਨੇ ਫਰਮਾਇਆ ਜੀ ਜਿਬਰੀਲ ਕਿ ਘੋੜੇ ਕਾ ਨਾਮ ਹੈਜ਼ਮ ਹੈ, ਜਿਬਰੀਲ ਕਹਿ ਰਿਹਾ ਆਗੇ ਚੱਲ ਬਈ, ਆਗੇ ਚੱਲ, ਆਗੇ ਚੱਲ ਬਈ, ਆਗੇ ਚੱਲ।
یہ جبریل گھوڑا پکڑ کے آ گئے، یہ میکائیل گھوڑا پکڑ کے آ گئے، یہ اسرافیل گھوڑا پکڑ کے آ گئے۔ تسی جے تو میدان لانا ہی